ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਮੈਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਿਹਾ ਆ ਉਹ ਸਿੱਖ ਕੌਮ ਦੇ ਉਹਨਾਂ ਮਸਲਿਆਂ ਨਾਲ ਸੰਬੰਧ ਹੈ ਜਿਨ੍ਹਾਂ ਨੂੰ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਵਾਚ ਰਹੇ ਆ ਕੌਮ ਦੇ ਸਾਹਮਣੇ ਤਰ੍ਹਾਂ ਤਰ੍ਹਾਂ ਦੀ ਜੋ ਬਹਿਸ ਚੱਲ ਰਹੀ ਹੈ ਉਸ ਦੇ ਵਿੱਚ ਆਪਾਂ ਵਾਚ ਰਹੇ ਆ ਜਾਂ ਅਲੱਗ-ਅਲੱਗ ਬੀੜੀਏ ਦੇ ਹਿੱਸੇ ਦੇ ਵਿੱਚ ਉਸ ਦੇ ਉੱਤੇ ਚਰਚਾ ਹੁੰਦੀ ਰਹਿੰਦੀ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਸਿੱਖ ਵਾਸਤੇ ਪੂਰੀ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜ਼ਰ ਨਾਜ਼ਰ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋਰ ਕੋਈ ਵੀ ਸਾਡਾ ਗੁਰੂ ਨਹੀਂ ਹੈਗਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਹੁਕਮ ਕੀਤਾ ਸੀ ਤੇ ਏਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਜਿਹੜੇ ਨੇ ਉਹ ਸਾਡੇ ਗੁਰੂ ਸਾਹਿਬਾਨ ਸਾਨੂੰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਲਾੜ ਲਗਾ ਕੇ ਸਾਨੂੰ ਸਚਿਆਰ ਜੀਵਨ ਜਿਉਣ ਦਾ ਬਲ ਬਖਸ਼ਦੇ ਨੇ ਜੋ ਦੁਨਿਆਵੀ ਪਹਿਲੂ ਹੈਗੇ ਨੇ ਹਰੇਕ ਪਹਿਲੂ ਦਾ ਜਵਾਬ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦਾ ਹੈ ਤੇ ਗੁਰੂ ਨਾਲ ਅਸੀਂ ਗੱਲਾਂ ਵੀ ਕਰ ਸਕਦੇ ਹਾਂ ਜਦੋਂ ਅਸੀਂ ਸਿਮਰਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਆਪਣੇ ਗੁਰੂ ਨੂੰ ਜਿਹੜਾ ਵੀ ਸਵਾਲ ਕਰਦੇ ਹਾਂ ਉਹਦਾ ਜਵਾਬ ਵੀ ਨਾਲ ਹੀ ਮਿਲਦਾ ਸੋ ਬੀਤੇ ਸਮੇਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਸ਼ਬਦ ਜਿਹੜਾ ਉਸ ਦੀ ਬੜੀ ਚਰਚਾ ਹੋਈ ਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਦੁਨੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਤਾਕਤ ਨਹੀਂ ਹੈਗੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਬੇਅਦਬੀ ਕਰ ਸਕੇ। ਲੇਕਿਨ دنیਵੀ ਤੌਰ ਦੇ ਉੱਤੇ ਜਿਹੜਾ ਸ਼ਬਦ ਹੈ ਇਹ ਕਿਉਂ ਇਸਤੇਮਾਲ ਸਾਨੂੰ ਕਰਨਾ ਪੈਂਦਾ ਇਸ ਕਰਕੇ ਕਿਉਂਕਿ ਜਦੋਂ ਸਾਡੇ ਸਾਹਮਣੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਕੋਈ ਅੰਗ ਪਾੜਦਾ ਜਾਂ ਅੰਗ ਪਾੜ ਕੇ ਜਿਸ ਤਰੀਕੇ ਦੇ ਨਾਲ ਬਰਗਾੜੀ ਬਹਿਬਲ ਕਾਂਡ ਹੋਇਆ ਔਰ ਵੜਾ ਜਵਾਰ ਸਿੰਘ ਵਾਲਾ ਤੋਂ ਪਾਵਨ ਪਵਿੱਤਰ ਸਰੂਪ ਚੋਰੀ ਕੀਤੇ ਗਏ ਤੇ ਫਿਰ ਅੰਗ-ਅੰਗ ਖਲਾਰਿਆ ਗਿਆ ਉਸ ਨੂੰ ਲੈ ਕੇ ਬੇਅਦਬੀ ਸ਼ਬਦ ਸਾਹਮਣੇ ਆ ਰਿਹਾ ਸੋ ਮੈਂ ਮਹਿਸੂਸ ਕਰਦਾ ਉਸ ਤੋਂ ਬਾਅਦ ਜਿੰਨੀਆਂ ਵੀ ਘਟਰਾਵਾਂ ਵਾਪਰੀਆਂ ਬਹੁਤ ਘਟਰਾਵਾਂ ਵਾਪਰੀਆਂ ਨੇ ਉਸ ਤੋਂ ਪਹਿਲਾਂ ਵੀ ਬੜੀਆਂ ਘਟਰਾਵਾਂ ਵਾਪਰੀਆਂ ਤੁਹਾਨੂੰ ਯਾਦ ਹੋਵੇਗਾ ਇੱਕ ਪਖੰਡੀ ਸੀ ਪਿਆਰਾ ਭਨੇਹਾਰਾਂ ਵਾਲਾ ਉਸ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਅਲੱਗ-ਅਲੱਗ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਦੇ ਕਾਲੇ ਕਾਰਨਾਮੇ ਕੀਤੇ ਸੀ ਅੱਜ ਉਹ ਇਸ ਦੁਨੀਆ ਤੋਂ ਚਲਾ ਗਿਆ ਤਰਹਾਰਾਂ ਲੈਂਦਾ ਹੋਇਆ ਉਸ ਦੇ ਉੱਪਰ ਕੇਸ ਵੀ ਦਰਜ ਹੋਏ ਉਸ ਦੇ ਉੱਪਰ ਉਸ ਨੂੰ ਸਜ਼ਾ ਵੀ ਹੋਈ ਪਰ ਉਸ ਨੇ ਜੋ ਪਾਪ ਕੀਤਾ ਸੀ ਜੋ ਕਰਮ ਕੀਤਾ ਸੀ ਉਹ ਜਦੋਂ ਹੁਣ ਇਸ ਦੁਨੀਆ ਤੋਂ ਜਾ ਚੁੱਕਾ ਤਾਂ ਉਸ ਦਾ ਹੁਣ ਮੈਂ ਜ਼ਿਆਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਫਿਰ ਗੱਲ ਆਈ ਆਸ਼ੂ ਤੋਸ਼ ਦੀ ਉਸ ਨੇ ਵੀ ਮਾਝੇ ਏਰੀਏ ਦੇ ਵਿੱਚ ਖਾਸ ਕਰਕੇ ਦੁਆਬੇ ਏਰੀਏ ਦੇ ਵਿੱਚ ਅੱਤ ਚੁੱਕੀ ਹੋਈ ਸੀ ਬੜਾ ਸਿੱਖ ਕੌਮ ਪ੍ਰਤੀ ਜਿਹੜੇ ਉਹਦੇ ਪ੍ਰਚਾਰਕ ਸਨ ਉਹ ਕੂੜ ਪ੍ਰਚਾਰ ਕਰਦੇ ਸਨ ਬੜੀਆਂ ਥਾਵਾਂ ਦੇ ਉੱਤੇ ਝੜਪਾਵੀਆਂ ਹੋਈਆਂ ਕਿਉਂਕਿ ਸਰਕਾਰ ਦੀ ਸਰਪ੍ਰਸਤੀ ਏਠ ਇਹ ਜਿਹੜੇ ਡੇਰੇ ਚੱਲਦੇ ਨੇ ਔਰ ਇਹਨਾਂ ਨੂੰ ਉਹ ਸਪੋਰਟ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਡੇਰਾ सिरसा ਦਾ ਮੁਖੀ ਗਰਮੀਤ ਰਾਮ ਰਹੀਮ ਆਇਆ ਉਸ ਨੇ ਜਿਸ ਤਰੀਕੇ ਦੇ ਨਾਲ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਔਰ ਪਸ਼ਾਕ ਪਹਿਨ ਕੇ ਉਸੇ ਤਰ੍ਹਾਂ ਪੀਵੋ ਪੌਹਲ ਖੰਡੇ ਧਾਰ ਹੋਏ ਜਨਮ ਸਹਿੇਲਾ ਜਿਹੜਾ ਪਵਿੱਤਰ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਸ ਦੀ ਵੀ ਨਕਲ ਕੀਤੀ ਤੇ ਅੱਜ ਤੁਸੀਂ ਦੇਖ ਲਓ ਕਿ ਉਹ ਜਿਹੜਾ ਨਕਲੀ ਸਾਧਸੀ ਉਹ ਅੱਜ ਸਨਾਰੀਆ ਜੇਲ੍ਹ ਦੇ ਵਿੱਚ ਬੈਠਾ ਹੈ ਤੇ ਜਿੰਨਾ ਲੋਕਾਂ ਨੇ ਉਹਨੂੰ ਸਰਪ੍ਰਸਤੀ ਦਿੱਤੀ ਸੀ ਅੱਜ ਉਹਨਾਂ ਦਾ ਹਸ਼ਰ ਵੀ ਤੁਹਾਡੇ ਸਾਹਮਣੇ ਆ। ਸੋ ਮੇਰੀ ਆਪ ਜੀ ਨੂੰ ਬੇਨਤੀ ਏ ਕਿ ਕੁਝ ਪ੍ਰਚਾਰਕ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਸਾਡੀ ਸਿੱਖ ਕੌਮ ਨੂੰ ਖਤਮ ਕੀਤਾ ਜਾ ਰਿਹਾ। ਮੈਂ ਉਹਨਾਂ ਵੀਰਾਂ ਨੂੰ ਗੱਲ ਕਾਹਾਂਗਾ ਸਿੱਖ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ। ਵੱਡੇ ਵੱਡੇ ਕੱਲੂ ਘਾਰੇ ਵਾਪਰੇ ਮੌਜੂਦਾ ਸਮੇਂ ਦੇ ਵਿੱਚ ਵੀ ਤੇ ਪਰਾਤਨ ਸਮੇਂ ਦੇ ਵਿੱਚ ਵੀ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ ਫਿਰ ਅਬਦਾਲੀ ਵਰਗੇ ਮਸੇ ਰੰਗੜ ਵਰਗੇ ਪਤਾ ਨਹੀਂ ਕਿੰਨਾ ਕਿੰਨਾਂ ਨੇ ਕਿੰਨਾ ਕਿਨਾ ਜ਼ੁਲਮ ਕੀਤਾ ਫਰਖਸ਼ੀਅਰ ਵਰਗਿਆਂ ਨੇ ਕਿੰਨਾ ਜ਼ੁਲਮ ਕੀਤਾ ਲੇਕਿਨ ਉਸ ਦੇ ਬਾਵਜੂਦ ਸਿੱਖ ਕੌਮ ਜਿਹੜੀ ਹੈ ਹਰ ਮੰਦਾਨੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੀ ਤੇ ਚੜ੍ਹਦੀ ਕਲਾ ਵਿੱਚ ਰਹੇਗੀ ਮੌਜੂਦਾ ਸਮੇਂ ਦੇ ਵਿੱਚ ਜੋ ਸਾਨੂੰ ਕਰਨ ਦੀ ਲੋੜ ਹੈਗੀ ਹੈ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੇ ਖਿਲਾਫ ਤਾਂ ਆਪਾਂ ਜਦੋਂ ਜਦ ਕਰਦੇ ਰਹਿਣਾ ਪਰ ਜਿੱਥੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਚਾਹੇ ਉਹ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਚਾਹੇ ਕਸਬੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਚਾਹੇ ਸ਼ਹਿਰ ਦੇ ਵਿੱਚ ਹੈ ਜਾਂ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਸਾਡੇ ਇਤਿਹਾਸਕ ਸਥਾਨ ਨੇ ਆਪਾਂ ਸਾਰੇ ਪਹਿਰੇਦਾਰ ਬਣੀਏ ਉਸ ਤਰ੍ਹਾਂ ਦਾ ਪ੍ਰਭਾਵ ਨਜ਼ਰ ਆਉਣਾ ਚਾਹੀਦਾ ਹੈ ਕਿ ਆਪਣੇ ਕੋਲ ਕੋਈ ਮਾਮੂਲੀ ਬੰਦਾ ਕੋਈ ਸਾਨੂੰ ਮਿਲਣ ਆ ਜਾਂਦਾ ਸਾਡੀ ਆਪਣੇ ਰੋਜ਼ਮਰਹ ਜਿੰਦਗੀ ਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਕਈ ਤਰ੍ਹਾਂ ਦੇ ਲੋਕ ਸਾਨੂੰ ਰਾਸ਼ੀ ਤੌਰ ਦੇ ਉੱਤੇ ਮਿਲਦੇ ਆ ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਆ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਬੰਦਾ ਸਾਡੇ ਕਿਤੇ ਨਾ ਕਿਤੇ ਕੰਮ ਆਵੇਗਾ ਲੇਕਿਨ ਜਿਹੜੀ ਪੂਰੀ ਕਾਇਨਾਤ ਦੇ ਮਾਲਕ ਨੇ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਜਿੱਥੇ ਵੀ ਪ੍ਰਕਾਸ਼ਮਾਨ ਨੇ ਉੱਥੇ ਮਾਹੌਲ ਇੱਕ ਐਸਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਜਿੰਨਾ ਵੀ ਸਤਿਕਾਰ ਦਿੱਤਾ ਜਾਵੇ ਉਹਨਾਂ ਹੀ ਥੋੜਾ ਸੋ ਬੇਅਦਬੀ ਸ਼ਬਦ ਜਿਹੜਾ ਇਸ ਨੂੰ ਜੜੋਂ ਖਤਮ ਕਰਨ ਵਾਸਤੇ ਕੇਵਲ ਤੇ ਕੇਵਲ ਸਾਡੀ ਇੱਛਾ ਸ਼ਕਤੀ ਜਿਹੜੀ ਹੈ ਉਸ ਦੀ ਬੜੀ ਵੱਡੀ ਜ਼ਰੂਰਤ ਹੈ ਸਾਡੀ ਇੱਛਾ ਸ਼ਕਤੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੀ ਕੌਮ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਇੱਕ ਪ੍ਰਚਾਰ ਇੱਕ ਇਸ ਤਰ੍ਹਾਂ ਦਾ ਸਤਕਾਰ ਜਿਹੜਾ ਉਹ ਸਾਨੂੰ ਪੈਦਾ ਕਰਨਾ ਪਵੇਗਾ ਜਿਸ ਦੇ ਵਿੱਚ ਸਾਡੇ ਗੁਰੂ ਸਾਹਿਬ ਪ੍ਰਤੀ ਜਿਹੜਾ ਸਤਕਾਰ ਏ ਜਿਵੇਂ ਅਸੀਂ ਹਰਮੰਦਰ ਸਾਹਿਬ ਦੇ ਵਿੱਚ ਪਹਿਲੇ ਪੈਰ ਸੇਵਾ ਹੁੰਦੀ ਦੇਖਦੇ ਆ ਤੇ ਫਿਰ ਜਦੋਂ ਪਾਲਕੀ ਸਾਹਿਬ ਲੈ ਕੇ ਆਉਂਦੇ ਨੇ ਹਰਮੰਦਰ ਸਾਹਿਬ ਤੇ ਫੁੱਲਾਂ ਦੀ ਵਰਖਾ ਹੁੰਦੀ ਏ ਤੇ ਕਿਵੇਂ ਅੱਗੇ ਵੱਧ ਵੱਧ ਕੇ ਸਿੰਘ ਗੁਰੂ ਦੇ ਸਤਕਾਰ ਲਈ ਮੋਢਾ ਦਿੰਦੇ ਨੇ ਪਾਲਕੀ ਨੂੰ ਉਸ ਤਰ੍ਹਾਂ ਦਾ ਸਤਕਾਰ ਤੇ ਜਿਵੇਂ ਹਰਮੰਦਰ ਸਾਹਿਬ ਦੇ ਅੰਦਰ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਜਾਂ ਹੋਰ ਪਵਿੱਤਰ ਅਸਥਾਨਾਂ ਤੇ ਉਹੋ ਜਿਹਾ ਸਤਕਾਰ ਹਰ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦਾ ਕਰਨਾ ਫਰਜ ਬੰਦਾ ਸਾਡਾ ਤੇ ਨਾਲ ਹੀ ਗੁਰੂ ਸਾਹਿਬ ਜੋ ਕਹਿ ਰਹੇ ਨੇ ਉਹਨਾਂ ਦੀ ਮੰਨਣੀ ਪਾਏਗੀ ਸਾਨੂੰ ਸੋ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਨੇ ਇਹਨਾਂ ਨੂੰ ਦੂਰ ਕਰਨ ਵਾਸਤੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਔਰ ਇਸ ਜਥੇਬੰਦੀ ਦਾ ਹੁਣ 66 ਸਾਲਾਨਾ اجلاس 13 ਸਤੰਬਰ 2020 ਦਿਨ ਐਤਵਾਰ ਨੂੰ ਅਸੀਂ ਪਟਿਆਲੇ ਦੇ ਇਤਿਹਾਸਿਕ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਹੋ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਕਰ ਰਹੇ ਆਂ ਕਰੋਨਾ ਦੀ ਮਹਾਮਾਰੀ ਚੱਲ ਰਹੀ ਏ ਬੜੀਆਂ ਸਰਕਾਰੀ ਹਦਾਇਤਾਂ ਨੇ ਸਿਹਤ ਵਿਭਾਗ ਆਪਣੀਆਂ ਸਿਫਾਰਸ਼ਾਂ ਦੱਸ ਰਿਹਾ ਉਸ ਦੇ ਬਾਵਜੂਦ ਅਸੀਂ ਜੋ ਚੰਗੇ ਤਰੀਕੇ ਦੇ ਨਾਲ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਅੱਜ ਇੰਟਰਨੈਟ ਦਾ ਯੁੱਗ ਇਸ ਯੁੱਗ ਦੇ ਵਿੱਚ ਅਸੀਂ ਆਪਣੀ ਗੱਲ ਪੂਰੀ ਦੁਨੀਆ ਤੱਕ ਰੱਖ ਸਕਦੇ ਹਾਂ ਟੀਵੀ ਚੈਨਲਾਂ ਦੇ ਰਾਹੀਂ ਵੈੱਬ ਚੈਨਲਾਂ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਟਵਿੱਟਰ ਦੇ ਰਾਹੀਂ ਵਟਸਐਪ ਦੇ ਰਾਹੀਂ ਤੇ ਹੋਰ ਬਹੁਤ ਸਾਰੇ ਐਪਸ ਨੇ ਜਿਨ੍ਹਾਂ ਦੇ ਰਾਹੀਂ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ ਸੋ ਅਸੀਂ ਕੋਈ ਇਕੱਠ ਜ਼ਿਆਦਾ ਨਹੀਂ ਕਰ ਰਹੇ ਪਰ ਜਿੰਨਾ ਵੀ ਇਕੱਠ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਦੇ ਵਿੱਚ ਇਹ ਸਾਰਾ ਸੋਸ਼ਲ ਡਿਸਟੈਂਸ ਰੱਖ ਕੇ ਅਸੀਂ ਕਾਮਪ੍ਰਤੀ ਜਿਹੜੀਆਂ ਆਪਣੀਆਂ ਸਮਾਵਾਂ ਨੇ ਉਹਨਾਂ ਨੂੰ ਨਿਭਾਉਂਦੇ ਹੋਏ ਇੱਕ ਪ੍ਰਣ ਲੈਣ ਜਾ ਰਹੇ ਆ ਕਿ ਜਿੱਥੇ ਅਸੀਂ 400 ਸਾਲਾ ਪ੍ਰਕਾਸ਼ ਪੂਰਵ ਜਿਹੜਾ 1 April 2021 ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਉਸ ਦੇ ਨਾਲ ਨਾਲ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਪਹਿਰੇਦਾਰ ਬਣ ਕੇ ਪੰਥ ਦੀ ਕਿਚਾਰੀ ਦੇ ਵਿੱਚ ਹਾਜ਼ਰ ਹੋਈਏ ਸੋ ਮੈਂ ਇਹ ਵੀ ਬੇਨਤੀ ਕੀਤੀ ਹੈ ਕਿ ਫੈਡਰੇਸ਼ਨ ਜਿਹੜੀ ਇੱਕ ਸਿੱਖ ਕੌਮ ਦੀ ਹਰੇ ਆਵਲ ਦਸਤੇ ਵਜੋ ਜਾਣੀ ਜਾਂਦੀ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਜਿਸ ਨੂੰ ਤੋੜਨ ਵਾਸਤੇ ਜਿਸ ਨੂੰ ਖਤਮ ਕਰਨ ਵਾਸਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਲੇਕਿਨ ਭਾਵੇਂ ਧੜਿਆਂ ਦੇ ਵਿੱਚ ਵੰਡੀ ਹੋਈ ਜਥੇਬੰਦੀ ਹੈ ਪਰ ਅੱਜ ਵੀ ਆਪਣੇ ਅਕੀਦੇ ਪ੍ਰਤੀ ਸਮਰਪਿਤ ਭਾਵਨਾ ਰੱਖਦੇ ਹੋਏ ਜਿਹੜੇ ਫੈਡਰੇਸ਼ਨ ਦੇ ਨੌਜਵਾਨ ਨੇ ਉਹਨਾਂ ਦੀ ਇੱਕ ਬਲੱਖਣ ਦਿਖ ਅੱਜ ਵੀ ਨਜ਼ਰ ਆਉਂਦੀ ਹੈ ਸੋ ਸਮੁੱਚੇ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਸਮਰਥਕਾਂ ਨੂੰ ਹਰ ਉਸ ਇਨਸਾਨ ਨੂੰ ਜਿਹੜਾ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪਿਆਰ ਕਰਦਾ ਸਿੱਖ ਕੌਮ ਨੂੰ ਪਿਆਰ ਕਰਦਾ ਮਾਨਵਤਾ ਨੂੰ ਪਿਆਰ ਕਰਦਾ ਉਸ ਨੂੰ ਆਪਾਂ ਨਾਲ ਲੈ ਕੇ ਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਹੋਈਏ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਨੌਜਵਾਨ ਪੀੜੀ ਨੂੰ ਤੇ ਨੌਜਵਾਨ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਓ ਇਸ ਸਕੂਲ ਦੇ ਵਿੱਚ ਭਰਤੀ ਹੋਵੋ ਕੋਈ ਨੁਕਸਾਨ ਨਹੀਂ ਜਿਹੜਾ ਵੀ ਫੈਡਰੇਸ਼ਨ ਦੇ ਨਾਲ ਜੁੜਿਆ ਉਸ ਨੂੰ ਹਮੇਸ਼ਾ ਹਰ ਫਰੰਟ ਦੇ ਉੱਤੇ ਮਾਨ ਸਤਕਾਰ ਹੀ ਮਿਲਿਆ ਬਹੁਤ ਸਾਰੇ ਸਾਡੇ ਆਗੂ ਸਹਿਬਾਨ ਜਿਹੜੇ ਫੈਡਰੇਸ਼ਨ ਦੇ ਵਿੱਚੋਂ ਗਏ ਨੇ ਅੱਜ ਦੇਸ਼ ਦੁਨੀਆ ਦੇ ਵਿੱਚ ਬੜੀਆਂ ਬਲੰਦੀਆਂ ਹਾਸਲ ਕਰ ਚੁੱਕੇ ਨੇ ਰਾਜਨੀਤਿਕ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਸਮਾਜਿਕ ਖੇਤਰ ਦੇ ਵਿੱਚ ਕੋਈ ਵੀ ਖੇਤਰ ਐਸਾ ਨਹੀਂ ਜਿੱਥੇ ਫੈਡਰੇਸ਼ਨ ਦੇ ਨੌਜਵਾਨਾਂ ਨੇ ਉਪਲਬਧੀਆਂ ਨਾ ਕੀਤੀਆਂ ਹੋਣ ਤੇ ਮੈਨੂੰ ਤੁਹਾਡੇ ਤੋਂ ਆਸ ਏ ਕਿ ਅੱਜ ਜਦੋਂ ਪੰਜਾਬ ਦੁਸ਼ਵਾਰੀਆਂ ਦੇ ਨਾਲ ਜੂਝ ਰਿਹਾ ਨਸ਼ਿਆਂ ਦਾ ਆਪਾਂ ਕਹਿੰਨੇ ਆ ਕਿ ਭਾਵੇਂ ਪੰਜ ਦਰਿਆਵਾਂ ਦੀ ਤਰਤੀਬ ਪੰਜਾਬ ਨਹੀਂ ਰਿਹਾ ਲੇਕਿਨ ਇਥੇ ਛੇਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਚੱਲ ਪਿਆ ਤੇ ਨਸ਼ਿਆਂ ਦੇ ਮਾਰੂ ਰੁਝਾਨ ਤੋਂ ਕ੍ਰੀਤੀਆਂ ਦੇ ਨਾਲ ਕਿਵੇਂ ਲੜਨਾ ਔਰ ਜੋ ਲੁੱਟ ਖਸੁੱਟ ਹੋ ਰਹੀ ਏ ਉਸ ਦੇ ਖਿਲਾਫ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਕਿਵੇਂ ਇੱਕ ਜੁੱਟ ਹੋ ਸਕੀਏ ਰਾਜਨੀਤਿਕ ਵਿਜ਼ਨ ਕਿਵੇਂ ਪ੍ਰਾ ਜਿਹੜਾ ਪ੍ਰਾਪਤ ਕਰਕੇ ਅਸੀਂ ਕੁਝ ਚੰਗਾ ਕਰ ਸਕੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਨੂੰ ਲੈ ਕੇ ਗੁਰਮਤ ਸਮਾਗਮ ਜਿਹੜਾ ਅਸੀਂ 13 ਸਤੰਬਰ ਨੂੰ ਕਰ ਰਹੇ ਹਾਂ ਉਸ ਦੇ ਵਿੱਚ ਤੁਸੀਂ ਸਾਰੇ ਸਤਕਾਰ ਦੇ ਨਾਲ ਸਾਡਾ ਸਹਿਯੋਗ ਦਿਓ ਆਪਣੇ ਸੁਝਾਅ ਦਿਓ ਤੇ ਬਹੁਤ ਸਾਰੀ ਨੁਕਤਾਚੀਨੀ ਕਰਨ ਵਾਲੇ ਲੋਕ ਵੀ ਸਾਨੂੰ ਮਿਲਦੇ ਨੇ ਜਿਹੜੇ ਕਹਿੰਦੇ ਨੇ ਕਿ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਜਿਹੜੀ ਸੀ ਪਹਿਲਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਹੁਣ ਵੀ ਇਹਨੂੰ ਉਸੇ ਤਰ੍ਹਾਂ ਬੰਨਣਾ ਚਾਹੀਦਾ ਇਹ ਮੈਂ ਕਹਿੰਦਾ ਸਾਡੇ ਵਾਸਤੇ ਨੁਕਤਾ ਚਿੰਨੀ ਨਹੀਂ ਉਹਨਾਂ ਨੂੰ ਫਿਕਰ ਹੈ ਕਿ ਜਥੇਬੰਦੀ ਮਜ਼ਬੂਤ ਕਿਵੇਂ ਹੋਵੇ ਤੇ ਉਹਨਾਂ ਸਾਰਿਆਂ ਨੂੰ ਇਹ ਗੱਲ ਕਾਂਗਾ ਕਿ ਤੁਸੀਂ ਇਸ ਦੇ ਵਿੱਚ ਇਨਾ ਹੀ ਯੋਗਦਾਨ ਪਾ ਦਿਓ ਅਸੀਂ ਤੁਹਾਡੇ ਕੋ ਕੋਈ ਪੈਸਾ ਨਹੀਂ ਮੰਗਦੇ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਮੰਗਦੇ ਕਿ ਤੁਸੀਂ ਸਾਨੂੰ ਇਸ ਦੇ ਵਿੱਚ ਮੈਂਬਰ ਦੇ ਤੌਰ ਦੇ ਉੱਤੇ ਸਮਰਥਕ ਦੇ ਤੌਰ ਦੇ ਉੱਤੇ ਸਹਿਯੋਗ ਦਿਓ ਔਰ ਆਪਣੇ ਆਲੇ-ਦੁਆਲੇ ਦੇ ਵਿੱਚ ਜਿਹੜੇ ਵੀ ਸਿੱਖ ਨੌਜਵਾਨ ਨੇ ਪੰਜਾਬੀ ਨੌਜਵਾਨ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹ ਫੈਡਰੇਸ਼ਨ ਦੇ ਮੈਂਬਰ ਬਣ ਸਕਦੇ ਆ ਸਾਡੀ ਵੈਬਸਾਈਟ ਜਿਹੜੀ ਹੈ www.aissf.in ਉਸ ਦੇ ਉੱਪਰ ਜਾ ਕੇ ਵੀ ਤੁਸੀਂ ਆਨਲਾਈਨ ਮੈਂਬਰਸ਼ਿਪ ਲੈ ਸਕਦੇ ਹੋ ਔਰ ਇਸੇ ਤਰ੍ਹਾਂ ਜੋ ਸ਼ਮਸ਼ੀਰੇ ਦਸਤ ਨਾਮ ਦਾ ਸਾਡਾ ਵੈਬ ਟੀਵੀ ਚੈਨਲ ਹੈ ਜਥੇਬੰਦੀ ਦਾ ਉਸ ਦੇ ਵਿੱਚ ਵੀ ਤੁਸੀਂ ਸਹਿਯੋਗ ਕਰ ਸਕਦੇ ਹੋ ਸੋ ਮੈਂ ਤੁਹਾਡੇ ਤੋਂ ਇਹੋ ਹੀ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਦਾਸ ਨੂੰ ਮੌਕਾ ਮਿਲਿਆ ਸੀ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦਾ ਹੁਣ ਸਰਦਾਰ ਜਗਰੂਪ ਸਿੰਘ ਚੀਮਾ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਪੂਰੀ ਟੀਮ 52 ਮੈਂਬਰੀ ਜਿਹੜੀ ਵਰਕਿੰਗ ਕਮੇਟੀ ਉਹਨਾਂ ਦੇ ਨਾਲ ਕੰਮ ਕਰ ਰਹੀ ਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਲਾਕਡਾਊਨ ਜਿਹੜੇ ਟੁੱਟ ਜਾਣ ਜਾਂ ਕਰੋਨਾ ਦਾ ਕੈਰ ਜਿਹੜਾ ਖਤਮ ਹੋ ਜਾਵੇ ਤੇ ਅਸੀਂ ਤੁਹਾਨੂੰ ਮਿਲਾਂਗੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਤੇ ਤੁਹਾਡਾ ਸਹਿਯੋਗ ਵੀ ਲਵਾਂਗੇ ਤੇ ਹਮ ਖਿਆਲ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨਾਲ ਮਿਲ ਕੇ ਇੱਕ ਪੰਜਾਬ ਦੇ ਬੈਟਰਮੈਂਟ ਵਾਸਤੇ ਜੋ ਵੀ ਚੰਗਾ ਕਰ ਸਕੀਏ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ